असलमैल की हाल है जी सब दो उम्मीद कर दें तो सारे ठीक ठाक होाक की रहमत फजलोक्रम अभी भी बिल्कुल ठीक ठाक हाँ अबग अस स्टार्ट कर रहे हैं। जी काफ़ी दिनों बलॉग तो मैं बना के रखा से मैं तेरे ना शेयर करांगे लेकिन फिर मैं किया ही नहीं बलॉग शेयर तो सब तो पहले मेरी रिक्वेस्ट है कि तुम प्लीज़ मेरे चैनल लाइक शेयर से सबसक्राइब लाजमी करो ਅੱਛਾ ਜੀ ਕੁਝ عرصਾ ਪਹਿਲੇ ਮੈਂ ਆਪਣੇ ਨਨਿਆਲ ਗਏ ਸਾਂ ਤੇ ਉਹਨਾਂ ਦੇ ਘਰ ਇਹ ਅਮਰੂਦ ਦਾ ਬੂਟਾ ਲੱਗਿਆ ਸੀ ਤੇ ਇਹ ਮੈਂ ਵਿਜ਼ਿਟ ਕਰੀ ਸੀ ਨਾਲ ਮੈਂ ਵੀਡੀਓ ਬਣਾ ਰਹੀ ਸਾਂ ਇਹਨੂੰ ਅਮਰੂਦ ਵੀ ਲੱਗਿਆ ਸੀ ਹੁਣ ਤਾਂ ਇਹ ਪੱਕ ਗਿਆ ਹੋਣੇ ਨੇ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਬੜੇ ਖੂਬਸੂਰਤ ਲੱਗ ਰਹੇ ਸਨ ਇਹ ਤੇ ਇਸ ਲਈ ਮੈਂ ਇਹ ਥੋੜੀ ਜੀ ਵੀਡੀਓ ਬਣਾਈ ਤੇ ਸ਼ਾਦੀ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਮੈਂ ਇਹ ਵਾਲਾ ਕਲਿੱਪ ਲਗਾਇਆ ਮੈਂ ਕਿੰਨੇ ਮੈਂ ਘੰਟਾ ਲਗਾ ਕੇ ਬਣਾਇਆ ਸੀ ਤੇ ਮੈਂ ਸ਼ੇਅਰ ਹੀ ਨਹੀਂ ਕੀਤਾ ਤੁਹਾਡੇ ਨਾਲ ਤੇ ਇਸ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਬੜੇ ਖੂਬਸੂਰਤ ਖੂਬਸੂਰਤ ਅਮਰੋਦ ਨੇ ਇਹਨੇ ਤੇ ਲੱਗਿਆ ਹੋਏ ਪਹਿਲਾਂ ਤਾਂ ਮੈਨੂੰ ਕਾਫੀ ਦੇ ਨਜ਼ਰ ਹੀ ਨਹੀਂ ਆਏ ਚਲੋ ਹੁਣ ਸ਼ਾਦੀ ਦਾ ਵਲੌਗ ਸ਼ੇਅਰ ਕਰਨੇ ਅੱਛਾ ਜੀ ਸਭ ਤੋਂ ਪਹਿਲੇ ਤੁਹਾਨੂੰ ਦਿਖਾ ਰਿਹਾ ਜੀ ਦੁਲਹਨ ਦਾ ਜਹੀਰ ਦਾ ਸਮਾਨ ਆਇਆ ਸੀ ਸਾਡੇ ਹਾਂ ਦੁਲਹਨ ਦੇ ਜਹੀਰ ਦਾ ਸਮਾਨ ਪਹਿਲੇ ਲੈ ਜਾਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਬਾਕੀ ਰਸਮਾਂ ਸ਼ਸਮਾਂ ਤੇ ਸਾਰਾ ਕੁਝ ਸਟਾਰਟ ਹੁੰਦਾ ਹੈ ਇਹੰ ਦਾ ਸਾਰੇ ਜਹੀਰ ਦਾ ਸਮਾਨ ਹੈ ਸੇਫ ਅਲਮਾਰੀ ਤੇ ਵਡੀਆਂ ਪੇਟੀਆਂ ਛੇੜੀਆਂ ਤੇ ਬਾਕੀ ਸਾਰੇ ਚੀਜ਼ਾਂ ਇਹਨਾਂ ਦੇ ਬੈਗਾਂ ਦੇ ਵਿੱਚ ਪੈਕ ਨੇ ਅੱਛਾ ਜੀ ਇਹਨਾਂ ਦਾ ਬੈੱਡ ਮੈਨੂੰ ਬੜਾ ਖੂਬਸੂਰਤ ਲੱਗਿਆ ਤੇ ਮੈਂ ਦੀ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਜਿਹੜਾ ਡ्रेसਿੰਗ ਟੇਬਲ ਤੇ ਨਾਲ ਸ਼ੋਕੇ ਸਾ ਅਸੀਂ ਬਿਲਦੇ ਆ ਵੈਸੇ ਤਾਂ ਇਹ ਬਰਤਨਾ ਵਾਲੀ ਅਲਮਾਰੀ ਹੁੰਦੀ ਫਿਰ ਜਿਵੇਂ ਉਹਨਾਂ ਦੇ ਮੈਨੂ ਦੀ طرف ਚਲੇ ਗਏ ਜਿੱਥੇ ਉਹਨਾਂ ਨੇ ਵਲੀਮਾ ਦਾ ਇੰਤਜ਼ਾਮ ਕੀਤਾ ਅਸੀਂ ਇਹ ਲੇਡੀਜ਼ ਹਾਲ ਹੈ ਜਿਹੜਾ ਉਹਨਾਂ ਨੇ ਘਰ ਦੇ ਅੰਦਰ ਹੀ ਬਣਾਇਆ ਹੈ ਅਸੀਂ ਮੈਂ ਕਹਤ ਹਾਂ ਇਹਨਾਂ ਨੂੰ ਸ਼ੇਅਰ ਕਰੀਏ ਕਿ ਘਰ ਦੇ ਅੰਦਰ ਲੇਡੀਜ਼ ਅਲੱਗ ਦਾ ਇੰਤਜ਼ਾਮ ਕਰਦੇ ਆ ਸਾਡੇ ਫਿਰ ਮੈਂ ਉਹਨਾਂ ਦੇ ਕਿਚਨ ਚਲੇ ਗਈ ਉੱਥੇ ਚਾਹ ਬਣ ਰਹੀ ਸੀ ਤੇ ਚਾਹ ਦੇ ਕੋਲ ਕੋਈ ਹੈ ਨਹੀਂ ਸੀ ਮੈਂ ਕਿ ਚਲੋ ਇਹਨਾਂ ਦੀ ਚਾਹ ਬਣਾਈ ਜਾਵੇ दो मिनट लगा के मैं इन्होंने चाय बनाई बेशक तो मैं इन्होंने किचन का व्यू लैन गई स लेकिन उाय बन रही थी फिर मैंने चाय भी एडजस्ट करना पाया आखिरकार मैं इनका ही बंद कर दिता उस तो बाद जी मैं अपनी मामिया वगैरह द ड्रैसिंग दिखाई है कजन से कि वो बरात उन्होंने किस तरह की ड्रैसिंग है यह मैं तुम दिखा रही मैं चलो तेरे ना शेयर किया जाए उन्होंने ड्रैसिंग वगैरह छोटी छोटी बच्चियों की ड्रैसिंग बहुत प्यारी हुई हुई सी अच्छा फेस का ज्यादा मैं रिवील नहीं कर सकती किसी का भी इधर फिर मैं इन्हें सारे इकट्ठा लैके खड़ा करके मैं इन्होंने कपड़े दिखाए थानू कि किस तरह देने अच्छा बहुत ही साढ़े सिंपल रखते तो बाद बाजफा बहुत हैवी कर लेंगे ऐसी सारी लैटिंग हुई हुई सी बेसिकता शादी की लैटिंग सी लेकिन जिस शादी का मैं वीडियो शेयर कर रहा सारा मिलाद सी कि मेहंदी वाले टाइम में मेहंदी जस्म निश्ची अदा की मिलाद करवाया उसद तो भी ਤੇ ਇਹ ਲਾਈਟਿੰਗ ਹੋਈ ਸੀ ਇੰਨੀ ਪਿਆਰੀ ਬਹੁਤ ਜ਼ਿਆਦਾ ਇਧੇ ਮੈਂ ਸ਼ੋਰ ਖਤਮ ਕਰ ਦਿੱਤਾ ਕਿਉਂਕਿ ਇਹ ਤੇ ਮੈਨਾ ਬੱਚੇ ਜਾ ਰਹੇ ਸਨ ਮਨਵਾਣ ਵਾਸਤੇ ਇਹ ਵੀਡੀਓ ਕਲਿੱਪ ਤੇ ਫਿਰ ਮੈਂ ਬੰਦ ਕਰ ਦਿੱਤਾ ਇਹ ਬੜੇ ਖੂਬਸੂਰਤ ਲੱਗ ਰਹੀ ਸੀ ਇਸ ਲਈ ਮੈਂ ਕਿਹਾ ਤੁਹਾਡਾ ਨਾਲ ਸ਼ੇਅਰ ਕੀਤਾ ਜਾਵੇ ਕਿਉਂਕਿ ਮੈਂ ਆਪਣਾ ਘਰ ਕਿਸ ਤਰ੍ਹਾਂ ਸਜਾਇਆ ਹੈ ਸੀ ਜਿਵੇਂ ਕਿ ਕੁਝ ਹੱਦਸਾ ਪਹਿਲੇ ਮੈਂ ਡੇਟ ਫਿਕਸ ਕਰਨ ਦੀ ਵੀਡੀਓ ਤੁਹਾਡਾ ਨਾਲ ਸ਼ੇਅਰ ਕੀਤੀ ਸੀ ਉਸ ਤੋਂ ਬਾਅਦ ਇਹ ਸ਼ਾਦੀ ਦੀ ਵੀਡੀਓ ਸ਼ੇਅਰ ਕਰਨੀ ਸੀ ਲੇਕਿਨ ਬਸ ਕੁਝ ਮਸਰੂਰ ਸ਼ਾਦੀ ਵਾਹ ਤਾਂ ਮੈਂ ਸ਼ਾਦੀ ਦੀ ਵੀਡੀਓ ਸ਼ੇਅਰ ਨਹੀਂ ਕਰ ਸਕੀ ਮੈਂ ਅੱਜ ਸੋਚਿਆ ਕਿ ਤੁਹਾਡਾ ਨਾ ਸ਼ਾਦੀ ਦੀ ਵੀਡੀਓ ਸ਼ੇਅਰ ਕਰ ਹੀ ਦਿੱਤੀ ਜਾਵੇ ਫਾਈਨਲੀ ਤੇ ਬਾਕੀ ਕੁਝ ਇਵੈਂਟ ਤੇ ਮੈਂ ਨਹੀਂ ਜਾ ਸਕੀ ਇਸੇ ਸਿਲੇ ਮੈਂ ਬਾਕੀ ਇਵੈਂਟ ਦੀ ਵੀਡੀਓ ਸ਼ੇਅਰ ਨਹੀਂ ਬਣਾਈ ਨਾ ਤੁਹਾਡਾ ਨਾ ਸ਼ੇਅਰ ਕਰ ਸਕਦੀ ਸਾਂ ਜਿਸ ਦੀ ਸੀ ਇਵੈਂਟ ਤੇ ਮੈਂ ਗਏ ਸਾਂ ਜੋ ਜੋ ਚੀਜ਼ਾਂ ਮੈਂ ਰਿਕਾਰਡ ਕੀਤੀਆਂ ਤੁਹਾਡਾ ਨਾ ਸ਼ੇਅਰ ਕਰ ਰਹੀ ਹਾਂ ਮਾਸ਼ਾਅੱਲਾ ਇਹਨਾਂ ਦਾ ਘਰ ਵੀ ਬੜਾ ਖੂਬਸੂਰਤ ਸਜਿਆ ਐ ਸੀ ਮੇਰੇ ਮਾਮੂ ਦੀ ਸ਼ਾਦੀ ਸੀ ਘਰ ਦੇ ਅੰਦਰੂਨੀ ਤਰ੍ਹਾਂ ਤੁਹਾਨੂੰ ਦਿਖਾ ਰਹੀ ਹਾਂ ਕਿ ਅੰਦਰ ਅੰਦਰ ਵਾਲੀ ਸਾਈਡ ਕਿਸ ਤਰ੍ਹਾਂ ਸਜੀ ਹੋਈ ਸੀ ਪਹਿਲੇ ਬਾਹਰ ਵਾਲੀ ਸਾਈਡ ਤੁਹਾਨੂੰ ਦਿਖਾਈ ਸੀ ਫਿਰ ਹੁਣ ਤੁਹਾਨੂੰ ਅੰਦਰ ਵਾਲੀ ਸਾਈਡ ਦਿਖਾ ਰਹੇ ਕਿ ਕਿੰਨਾ ਪਿਆਰਾ ਘਰ ਨੂੰ ਸਜਾਇਆ ਹੈ ਅੱਛਾ ਜੀ ਮੈਂ ਇਹਨਾਂ ਦੇ ਘਰ ਦੀ ਵੀਡੀਓ ਬਣਾਉਂਦੇ ਹਾਂ ਮਤਲਬ ਫਿਰ ਥੋੜਾ ਇਗਨੋਰ ਕਰ ਦਿੱਤਾ ਤੇ ਬਾਕੀ ਸਜਾਵਟ ਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਹਾਂ ਮੈਂ ਦਿਖਾਉਂਗਾ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਸਜਾਇਆ ਹੈ ਸੀ ਘਰ ਇਹ ਹਾਰਟ ਸ਼ੇਪ ਜੀ ਇਹਨਾਂ ਨੇ ਸਜਾਵਟ ਕਰੀ ਸੀ ਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਉਮੀਦ ਕਰਦੇ ਹਾਂ ਤੁਹਾਨੂੰ ਮੇਰਾ ਅੱਜ ਦਾ ਵਲੌਗ ਪਸੰਦ ਆਇਆ ਗਏ ਸੇ ਦਿਨਾਂ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰੋ अच्छा जी फाइनली ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਦੂਲਨ ਦਾ ਕਮਰਾ ਜੋ ਕਿ ਸਜ ਚੁਕਿਆ ਹੈ ਤੇ ਇਹ ਦੇਖੋ ਜੀ ਅਸੀਂ ਕੁਝ ਸਜਾਵਟ ਇਸ ਤਰ੍ਹਾਂ ਦੀ ਕਰਨੇ ਆ ਦੂਲਨਾਂ ਦੇ ਕਮਰੇ ਦੀ ਵੈਸੇ ਹੁਣ ਮਾਡਰਨ ਦੌਰ ਦੇ ਵਿੱਚ ਮਾਡਰਨ ਸਜਾਵਟ ਵੀ ਕਰਦੇ ਨੇ ਲੇਕਿਨ ਸਾਡੇ ਬੇਸਿਕ ਸਹੀ ਹੋਣੇ ਨੇ ਫਿਰ ਮੈਂ ਕਿਹਾ ਤੁਹਾਨੂੰ ਦੂਲਨ ਦਾ ਡਰੈਸ ਵਗੈਰਾ ਦਿਖਾਇਆ ਜਾਵੇ ਤੇ ਇਹ ਦੇਖੋ ਜੀ ਦੂਲਨ ਦਾ ਡਰੈਸ ਇਹ ਲਹਿੰਗਾ ਹੈ ਰੈਡ ਕਲਰ ਚ ਨਾਲ ਜੁਐਲਰੀ ਨਾਲ ਫੁੱਲਾਂ ਵਾਲੇ ਗਜਰੇ ਵੀ ਪਾਏ ਹੋਏ ਆ ਤੇ ਅੰਗੂਠੀਆਂ-ਚਮੂਠੀਆਂ ਵੀ ਦੂਰੋਂ ਦਾ ਫੇਸ ਰਿਵੀਲ ਨਹੀਂ ਕਰ ਸਕਦੇ। ਉਹ ਹੀ ਸੇਮ ਪ੍ਰੋਬਲਮ। ਲੇਕਿਨ ਅੱਜ ਮੈਂ ਪਹਿਲੀ ਦਫਾ ਆਪਣੇ ਕਜ਼ਨਜ਼ ਦਾ ਤੇ ਦੁਲਨ ਦਾ ਡ्रेसेस ਦਿਖਾ ਰਹੀ ਹਾਂ ਕਿ ਦੋ ਸ਼ਾਦੀਆਂ ਗਏ ਹੋਏ ਨੇ ਲੇਕਿਨ ਮੈਂ ਨਹੀਂ ਦਿਖਾਇਆ। ਲੇਕਿਨ ਅੱਜ ਮੈਨੂੰ ਲੱਗਾ ਕਿ ਮੈਂ ਥੋੜਾ ਤਾਂ ਸ਼ੇਅਰ ਕਰਾਂ। ਦੁਲਨ ਬਹੁਤ ਹੀ ਪਿਆਰੀ ਸੀ। ਫਿਰ ਜਿਹਾ ਉਹ ਸਮਾਨ ਹੈ ਕਿ ਜਿਹੜਾ ਅਸੀਂ ਤੁਹਾਨੂੰ ਵੈਸੇ ਦਿਖਾਇਆ ਸੀ ਬੰਦ ਪਿਆ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਜਿਹੇਰ ਦਿਖਾਉਣ ਦੀ ਵਾਰੀ ਆ ਉਹਨਾਂ ਨੇ ਫਿਰ ਦਿਖਾਇਆ। ਇਹ ਰਿਜ਼ਾਈਆਂ ਸਜਾਈਆਂ ਨੇ ਐਨ ਐਨ ਪੀ ਕੋ ਕੀਤੀ ਇਹ ਮੈਂ ਹੱਥ ਲਗਾ ਕੇ ਵੀ ਦਿਖਾ ਰਹੀ ਹਾਂ ਤੁਹਾਨੂੰ ਅੱਗੇ ਕਰਕੇ ਵੀ ਉੱਪਰ ਜਾਏ ਨਮਾਜ਼ ਤੱਕ ਇਹ ਮੁxtਲਫ ਡਿਜ਼ਾਈਨਿੰਗ ਇਹ ਪੰਜਾਬ ਦਾ ਕਲਚਰ ਹੈ ਕਿ ਐਸ ਤਰ੍ਹਾਂ ਦੀਆਂ ਚੀਜ਼ਾਂ ਬੇਟੀਆਂ ਦੇ ਹੇਜ਼ ਦੇ ਵਿੱਚ ਬਣਾ ਕੇ ਦਿੱਤੀਆਂ ਜਾਂਦੀਆਂ ਨੇ ਤੇ ਅਸ ਦਿਫਾ ਇਹਨਾਂ ਨੇ ਇੱਕ ਕੰਮ ਕੀਤਾ ਕਿ ਇਹਨਾਂ ਨੇ ਜਿਹੜੇ ਕੇਸ ਸੀ ਨਾ ਗਰਮੀ ਵਾਲੇ ਉਹਨਾਂ ਦੀ ਜਗ੍ਹਾ ਤੇ ਇਹਨਾਂ ਨੇ ਲਾਈਟ ਵੇਟ ਕੰਬਲ ਦਿੱਤੇ ਸੀ ਤੇ ਥੱਲੇ ਚਾਰ ਪਾਈਆਂ ਤੇ ਵਿਛਾਣ ਵਾਸਤੇ ਮਜਰੂਏ ਸਾਡੇ ਹੁੰਦੇ ਨੇ ਤਲੇ ਉਹਨਾਂ ਸिलाई ਮਸ਼ੀਨ ਵੀ ਪਈ ਹੈ ਇਹ ਸਾਰੇ ਬਿਸਤਰ ਨੇ ਵੱਡੇ ਕੰਬੜ ਨੇ ਗੱਦੇ ਵੀ ਤੇ ਰਜਾਈਆਂ ਵੀ ਤੇ ਇਹ ਅੱਗੇ ਸਮਾਨ ਸਾਰਾ ਜਿਹੜਾ ਯਾਨਕਿ ਪੇਟੀਆਂ ਦੇ ਅੰਦਰ ਸਮਾਨ ਸਿਰ ਸਾਰਾ ਉਹ ਖਿਲਾਰਿਆ ਇਹਦੇ ਵਿੱਚ ਗਲਾਸੇਜ਼ ਤੇ ਬਾਕੀ ਦੀ ਨਾਲ ਸਾਈਡ ਦਾ ਸਾਰਾ ਸਮਾਨ ਸਟੀਲ ਦੇ ਬਰਤਨ ਤੇ ਛੋਟੀਆਂ ਚੇਅਰਜ਼ ਵਗੈਰਾ ਤੇ ਬਾਕੀ ਕਟਰ ਸ਼ਟਰ ਤੇ ਆ ਛਬੇ ਸ਼ਬੇ ਜੇ ਪਟਿਆ ਡਰਮ ਵੀ ਇਨਕਿ ਜਿੰਨਾ ਵੀ ਸਮਾਨ ਸਾਡੇ ਦੇਂਦੇ ਨੇ ਨਾ ਸਾਰਾ ਬਾਅਦ ਚ ਉਹਨਾਂ ਨੇ ਖਿਲਾ ਰਿਆ ਸੀ ਡ्रेसेस ਵਗੈਰਾ ਨੇ ਤੇ ਪਰਾਂਦੀਆਂ ਸ਼ਰਾਂਦੀਆਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਰਾ ਉਹਨਾਂ ਨੇ ਖਿਲਾੜ ਕੇ ਦਿਖਾਇਆ ਸੀ ਤੇ ਮੈਂ ਇਹਦੀ ਵੀਡੀਓ ਬਣਾ ਬਣਾਵਾਏ ਹੋ ਨਹੀਂ ਸੀ ਸਕਦਾ ਤੇ ਇਹ ਦੇਖੋ ਮੈਂ ਸਾਰੀਆਂ ਚੀਜ਼ਾਂ ਦੀ ਵੀਡੀਓ ਬਣਾਈ ਹੈ ਇਹ ਜੀ ਆਪਾਂ ਹਾਂ ਦਾ ਸ਼ਿੰਗਾਰਦਾਨ ਦਾ ਕੱਪੜਾ ਇਹ ਵੀ ਧਾਗੇ ਨਾਲ ਬਣਦਾ ਹੈ ਹੱਥ ਤੇ ਬਣਾਇਆ ਜਾਂਦਾ ਕੁਰੇਸ਼ੀ ਦੀ ਮਦਦ ਨਾਲ ये दो में के दो उत्ते पाया जाएगा बड़ा ही खूबसूरत लगेगा तो मीत अमीतक ने तो मेरा अज्ञा का बलॉग पसंद आएगा ऐसे दे चैनल लाइक शेयर से सबसक्राइब लाजमी करो हैं किसी नमें तक दी अल्लाह हाफ़िज